ਇੱਥੇ ਘਰਾਂ ਵਿੱਚ ਕਿਤੇ ਵੀ ਪਾਣੀ ਨਹੀਂ ਆਇਆ ਅਤੇ ਸਾਰਾ ਪਿੰਡ ਸਾਰੀ ਦਿਹਾੜੀ ਰੋਡ 'ਤੇ। ਕਈ ਘਰ ਪਾਣੀ ਵਿੱਚ ਡੁੱਬੇ ਪਏ ਨੇ, ਉਹਨਾਂ ਤਾਈਂ ਰਾਸ਼ਨ ਨਹੀਂ ਜਾ ਰਿਹਾ। ਮਹੀਨੇ ਦੀ ਗੱਲ ਛੱਡੋ, ਸਾਲ ਦਾ ਰਾਸ਼ਨ ਇਹਨਾਂ ਨੇ ਘਰਾਂ 'ਚ ਜਮ੍ਹਾਂ ਕਰ ਲਿਆ ਹੈ, ਸਾਲ ਦਾ ਰਾਸ਼ਨ ਇਹਨਾਂ ਨੇ ਘਰਾਂ 'ਚ ਜਮ੍ਹਾਂ ਕਰ ਲਿਆ ਹੈ, ਉਹਨਾਂ ਘਰਾਂ 'ਚ ਪਹੁੰਚਾਇਆ ਜਾਵੇ ਜਿੱਥੇ ਪਾਣੀ ਹੈ। ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਖਰੀਆਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ, ਕੁਛ ਇੱਕ ਇਲਾਕੇ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ, ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਉਹਨਾਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚੋਂ 2, 10, 15 ਰੁਪਈਏ ਇਕੱਠੇ ਕਰ ਕਰਕੇ, ਲੰਗਰ ਦੀ ਸਮੱਗਰੀ ਇਕੱਠੀ ਕਰ ਕਰਕੇ, ਉਹਨਾਂ ਹੜ੍ਹ ਪੀੜਤਾਂ ਦੇ ਲਈ ਰਾਸ਼ਨ ਮਤਲਬ ਲੰਗਰ ਬਣਾ ਕੇ ਲੈ ਕੇ ਜਾ ਰਹੇ ਨੇ। ਲੇਕਿਨ ਲੋਕ ਕਿਸ ਤਰ੍ਹਾਂ ਉਸ ਲੰਗਰ ਦਾ ਨਜਾਇਜ਼ ਫਾਇਦਾ ਚੁੱਕਦੇ ਨੇ, ਇਹ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿਖਾਉਣਾ ਚਾਹੁੰਦਾ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ, ਕਿ ਇਹ ਲੋਕ ਜਿੱਥੇ ਹੜ੍ਹ ਆਇਆ ਵੀ ਨਹੀਂ ਹੈ, ਜਿੱਥੇ ਪਾਣੀ ਦੀ ਬੂੰਦ ਤੱਕ ਨਹੀਂ ਹੈ, ਉਹ ਲੋਕ ਕਿਸ ਤਰ੍ਹਾਂ ਇਸ ਲੰਗਰ ਨੂੰ ਆਪਣੇ ਘਰਾਂ ਵਿੱਚ ਲਿਜਾ ਕੇ ਇੱਕ ਇੱਕ ਮਹੀਨੇ ਦਾ ਨਹੀਂ ਬਲਕਿ 6-6 ਮਹੀਨੇ ਵਾਸਤੇ ਆਪਣੇ ਘਰਾਂ ਦੇ ਵਿੱਚ ਲੰਗਰ ਜਮ੍ਹਾਂ ਕਰ ਰਹੇ ਨੇ, ਮਤਲਬ ਲੰਗਰ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ। ਪਹਿਲਾਂ ਵੇਖੋ ਪੂਰੀ ਵੀਡੀਓ। ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਵੀ ਹੜ੍ਹ ਦੀ ਮਾਰੇ ਹੇਠ ਆਏ ਹੋਏ ਨੇ ਲੋਕ, ਉਹਨਾਂ ਦੀ ਸਮੱਗਰੀ ਲੈ ਕੇ ਆ ਰਹੇ ਨੇ, ਅਤੇ ਉਹ ਜਦੋਂ ਵੀ ਸ਼ਾਹਕੋਟ ਹਲਕਾ ਪਿੰਡ ਗਿੱਦੜ ਪਿੰਡੀ ਵਾਇਆ ਜਾਂਦੇ ਨੇ, ਉਹਨਾਂ ਨੂੰ ਬੇਨਤੀ ਆ ਕਿ ਜਿਵੇਂ ਸਾਹਮਣੇ ਸਾਡਾ ਪਿੰਡ ਹੈ ਕੁਤਬੀਵਾਲ, ਇੱਥੇ ਘਰਾਂ ਵਿੱਚ ਕਿਤੇ ਵੀ ਪਾਣੀ ਨਹੀਂ ਆਇਆ ਅਤੇ ਸਾਰਾ ਪਿੰਡ ਸਾਰੀ ਦਿਹਾੜੀ ਰੋਡ 'ਤੇ ਖੜ੍ਹਾ ਰਹਿੰਦਾ ਹੈ, ਜਿਹੜਾ ਸਮੱਗਰੀ ਆ ਰਹੀ ਨੇ ਇੰਨੇ ਟਰੱਕ ਆ ਰਹੇ ਨੇ ਸਾਰਿਆਂ ਖਾਲੀ ਕਰਕੇ ਘਰਾਂ ਨੂੰ ਲੈ ਜਾਂਦੇ ਨੇ। ਮੇਰੇ ਹਿਸਾਬ ਨਾਲ ਮਹੀਨੇ ਦੀ ਗੱਲ ਛੱਡੋ, ਸਾਲ ਦਾ ਰਾਸ਼ਨ ਇਹਨਾਂ ਨੇ ਘਰਾਂ 'ਚ ਜਮ੍ਹਾਂ ਕਰ ਲਿਆ ਹੈ, ਕਿਸੇ ਨੂੰ ਸੁੱਕਾ ਨਹੀਂ ਜਾਣ ਦਿੰਦੇ। ਅਤੇ ਮੇਰੇ ਵੀਰ ਜਿਹੜੇ ਸਮੱਗਰੀ ਨਹੀਂ ਲੈ ਕੇ ਆ ਰਹੇ ਨੇ, ਉਹਨਾਂ ਨੂੰ ਬੇਨਤੀ ਆ ਕਿ ਆ ਜਿਵੇਂ ਮੈਂ ਤੁਹਾਨੂੰ ਘਰ ਦਿਖਾ ਰਿਹਾ, ਕਈ ਘਰ ਪਾਣੀ ਵਿੱਚ ਡੁੱਬੇ ਪਏ ਨੇ, ਉਹਨਾਂ ਤਾਈਂ ਰਾਸ਼ਨ ਨਹੀਂ ਜਾ ਰਿਹਾ, ਇਹ ਰਾਸ਼ਨ ਦੀ ਉਹਨਾਂ ਨੂੰ ਲੋੜ ਹੈ, ਨਾ ਕਿ ਇਹ ਹਾਈਵੇ 'ਤੇ ਕਿਸੇ ਨੂੰ ਲੋੜ ਹੈ। ਅਤੇ ਜਿਹੜਾ ਹਾਈਵੇ 'ਤੇ ਸਮਾਨ ਆ ਰਿਹਾ, ਇਹਦਾ ਨਾ ਵੰਡੋ ਤੁਸੀਂ, ਨਾ ਖਰਾਬ ਕਰੋ, ਅਤੇ ਇਹ ਜਿਹੜਾ ਸਮਾਨ ਆ ਮੈਂ ਤੁਹਾਨੂੰ ਦੱਸ ਦਿੰਦਾ, ਜਿੱਥੇ ਮਿਲਟਰੀ ਖੜ੍ਹੀ ਆ ਉਹਨਾਂ ਕੋਲ ਅਗਨ ਬੋਟਾਂ ਨੇ, ਕਿਸ਼ਤੀਆਂ ਨੇ, ਉਹ ਤੁਹਾਡਾ ਸਮਾਨ ਪਹੁੰਚਾ ਦੂਗੇ ਲੋਕਾਂ ਤਾਈਂ। ਅਤੇ ਤੁਸੀਂ ਜਿਵੇਂ ਕਿ ਆ ਭਰੋਵਾਣੇ ਕੋਲੋਂ ਬੰਨ੍ਹ ਟੁੱਟਾ ਸੀ, ਭਰੋਵਾਣੇ ਬੰਨ੍ਹ 'ਤੇ ਮਿਲਟਰੀ ਬੈਠੀ ਹੈ, ਲੋਕਾਂ ਤਾਈਂ ਸਮਾਨ ਪਹੁੰਚਾ ਰਹੀ ਹੈ, ਉੱਥੇ ਤੁਸੀਂ ਆਪਦਾ ਸਮੱਗਰੀ ਸਾਰੀ ਲੈ ਕੇ ਜਾ ਸਕਦੇ ਹੋ, ਅਤੇ ਉਹ ਲੋਕਾਂ ਤਾਈਂ ਪਹੁੰਚਾ ਦੂਗੇ ਜਿਹੜੇ ਫਸੇ ਹੋਏ ਨੇ ਘਰ। ਅਤੇ ਜਿਵੇਂ ਕਿ ਇੱਧਰ ਪੁਰਾਣਾ ਪੁਲ ਹੈ ਸਾਡਾ, ਪੁਰਾਣੇ ਪੁਲ 'ਤੇ ਆਰਮੀ ਬੈਠੀ ਹੈ, ਉਹਨਾਂ ਕੋਲ ਅਗਨ ਬੋਟਾਂ ਨੇ, ਅਤੇ ਉਹ ਵੀ ਸਮਾਨ ਪਹੁੰਚਾ ਦੂਗੇ ਜਿਹੜੇ ਪਾਣੀ ਦੇ ਵਿੱਚ ਘਰ ਫਸੇ ਹੋਏ ਨੇ। ਹਾਈਵੇ 'ਤੇ ਕਿਸੇ ਨੂੰ ਇੰਨੀ ਲੋੜ ਨਹੀਂ ਹੈ, ਜੇ ਲੋੜ ਹੈ ਗਿੱਦੜ ਪਿੰਡੀ ਦੀ ਸਟੇਸ਼ਨ ਬਸਤੀ ਨੂੰ ਲੋੜ ਹੈ, ਗਿੱਦੜ ਪਿੰਡੀ ਦੀ ਸਟੇਸ਼ਨ ਬਸਤੀ ਨੂੰ ਲੋੜ ਹੈ, ਉਹ ਘਰ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ, ਇੱਥੇ ਕੋਈ ਪਾਣੀ ਨਹੀਂ ਆਇਆ। ਅਤੇ ਇਸ ਕਰਕੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਐਵੇਂ ਸਮੱਗਰੀ ਨਾ ਖਰਾਬ ਕਰੋ, ਅਤੇ ਇਹ ਜੇ ਸਮਾਨ ਪਹੁੰਚਾਉਣਾ ਉਹਨਾਂ ਘਰਾਂ 'ਚ ਪਹੁੰਚਾਇਆ ਜਾਵੇ, ਉਹਨਾਂ ਘਰਾਂ 'ਚ ਪਹੁੰਚਾਇਆ ਜਾਵੇ ਜਿੱਥੇ ਪਾਣੀ ਹੈ, ਡੇਰੇ ਨੇ ਕਈ ਫਸੇ ਹੋਏ ਨੇ, ਸਮੱਗਰੀ ਪਹੁੰਚਾਉਣੀ ਹੈ ਅਤੇ ਇਹਨਾਂ ਡੇਰਿਆਂ ਵਿੱਚ ਪਹੁੰਚਾਈ ਜਾਵੇ। ਵਾਇਆ ਆਗਣ ਬੋਰਡ ਆਰਮੀ ਖੜ੍ਹੀ ਹੈ ਕਈ ਅੱਡਿਆਂ 'ਤੇ, ਆਰਮੀ ਨੂੰ ਸਮਾਨ ਦਿੱਤਾ ਜਾਵੇ, ਇੱਦਾਂ ਸਮਾਨ ਨਾ ਖਰਾਬ ਕਰੋ, ਕਿਉਂਕਿ ਇਹ ਲੋਕਾਂ ਨੇ ਸਾਲ ਸਾਲ ਦਾ ਰਾਸ਼ਨ ਘਰਾਂ 'ਚ ਜਮ੍ਹਾਂ ਕਰ ਲਿਆ, ਭਰ ਭਰ ਬੋਰੇ ਲਈ ਜਾਂਦੇ ਨੇ, ਪਾਣੀ ਇਹਨਾਂ 'ਤੇ ਕੋਈ ਨਹੀਂ ਆਇਆ। ਇਹ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ, ਅੱਗੇ ਤੋਂ ਅੱਗੇ ਸ਼ੇਅਰ ਕੀਤੀ ਜਾਵੇ ਵੀਡੀਓ, ਤਾਂ ਕਿ ਜਿਹੜੇ ਮੇਰੇ ਵੀਰ ਦੂਰੋਂ ਆ ਰਹੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ, ਅਤੇ ਉਹ ਇੱਦਾਂ ਸਮਾਨ ਨਾ ਖਰਾਬ ਕਰਨ, ਅਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ, ਹੜ੍ਹ ਦੀ ਮਾਰ ਹੇਠ ਆ ਗਏ ਨੇ, ਉਹਨਾਂ ਨੂੰ ਇਹ ਸਮਾਨ ਮਿਲ ਸਕੇ। ਧੰਨਵਾਦ।
ਹੁਣ ਤੁਸੀਂ ਦੱਸੋ ਦੋਸਤੋ, ਇਹਨਾਂ ਲੋਕਾਂ ਵਾਸਤੇ ਆਪਾਂ ਕੀ ਕਰ ਸਕਦੇ ਹਾਂ? ਇੱਕ ਤਾਂ ਸੱਚਮੁੱਚ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ, ਜਿਹੜੇ ਕਿ ਪਾਣੀ ਦੀ ਬੂੰਦ ਬੂੰਦ ਲਈ ਤਰਸਦੇ ਨੇ, ਰੋਟੀ ਦੀ ਇੱਕ ਗੁਰਾਹੀ ਲਈ ਤਰਸਦੇ ਨੇ, ਪਰ ਇਹਨਾਂ ਲੋਕਾਂ ਦਾ ਕੀ ਕੀਤਾ ਜਾਵੇ? ਅਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਕਮੈਂਟ ਦੇ ਰੂਪ ਵਿੱਚ ਜ਼ਰੂਰ ਲਿਖਣਾ, ਕਿਉਂਕਿ ਇਹ ਲੋਕ ਜੇ 6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲੈਣਗੇ ਤਾਂ ਕੀ ਹੋ ਜਾਏਗਾ? ਔਰ ਉਸ ਤੋਂ ਬਾਅਦ ਤਾਂ ਮਿਹਨਤ ਕਰਨੀ ਪਏਗੀ ਨਾ, ਪਰ ਗਲਤ ਗੱਲ ਹੈ, ਕਿਉਂਕਿ ਪੰਜਾਬ ਦਾ ਜਿਹੜਾ ਨਾਮ ਹੈ ਇੱਕ ਅਲੱਗ ਤਰ੍ਹਾਂ ਜਾਣਿਆ ਜਾਂਦਾ ਹੈ। ਪਲੀਜ਼ ਉਸ ਨਾਮ ਨੂੰ, ਉਸ ਦਲੇਰੀ ਭਰੇ ਸ਼ਬਦ ਨੂੰ ਕਿਤੇ ਮਿੱਟੀ ਵਿੱਚ ਤੁਸੀਂ ਨਾ ਮਿਲਾ ਦੇਣਾ।